ਦਾ ਇੱਕ ਬਹੁਤ ਵੱਡਾ ਭਰੋਸਾ ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਜੀ ਅਤੇ ਭਗਵੰਤ ਮਾਨ ਤੇ ਦਿਖਾਇਆ ਤੇ ਪਿਛਲੇ ਸਮੇਂ 'ਚ ਆਪਾਂ ਦੇਖਿਆ ਕਿ ਜਿਹੜਾ ਗੈਂਗਸਟਰ ਕਲਚਰ ਪਨਪਿਆ ਗਾਣੇ ਬਣੇ ਕਿ ਜੇਲ੍ਹਾਂ 'ਚ ਫੋਨ ਆਉਣਗੇ ਜੇਲ੍ਹਾਂ ਤੋਂ ਹੀ ਕ੍ਰਾਈਮ ਚੱਲਦੇ ਰਹੇ ਵੱਡੇ ਵੱਡੇ ਜਿਹੜੇ ਹੋਏ ਆ ਉਹ ਜੇਲ੍ਹਾਂ ਤੋਂ ਹੋਈਆਂ ਮੂਵਮੈਂਟ ਅਤੇ ਬੜੀ ਵੱਡੀ ਜ਼ਿੰਮੇਦਾਰੀ ਮੇਰੇ ਨੌਜਵਾਨ ਕੰਧਿਆਂ 'ਤੇ ਪਾਈ ਸੀ ਜਿਸ ਦਿਨ ਪਹਿਲੇ ਦਿਨ ਹੀ ਚਾਰਜ ਸਾਂਭਿਆ ਸਾਰੀ ਟੀਮ ਦੇ ਨਾਲ ਮਿਲ ਕੇ ਅਸੀਂ ਜੇਲ੍ਹਾਂ ਦੇ ਉੱਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਤਾਂ ਅੱਜ ਇੱਕ ਅਰਜੈਂਟ ਚੈਕਿੰਗ ਸੀ ਜੇਲ੍ਹ ਦੀ ਕਿਉਂਕਿ ਪਟਿਆਲਾ ਜੇਲ੍ਹ ਵੱਡੀ ਜੇਲ੍ਹ ਹੈ ਪੰਜਾਬ ਦੀ ਪੁਰਾਣੀ ਜੇਲ੍ਹ ਹੈ ਅਤੇ ਇਨਸ਼ੋਰ ਕੀਤਾ ਗਿਆ ਕਿ ਜਿਹੜੇ ਜੇਲ੍ਹਾਂ ਦੇ ਵਿੱਚੋਂ ਜਿਹੜੇ ਫੋਨ ਹੈ ਅਸੀਂ ਅਗਲੇ 3 ਮਹੀਨੇ 'ਚ ਬੈਸਟ ਟੈਕਨੋਲੋਜੀ ਲੈ ਕੇ ਆਵਾਂਗੇ ਅਤੇ ਹੁਣ ਜੇਲ੍ਹਾਂ 'ਚੋਂ ਫੋਨ ਨਹੀਂ ਜੇਲ੍ਹਾਂ 'ਚੋਂ ਸਕੂਨ ਆਇਆ ਕਰੂਗਾ ਇਸ ਆਮ ਆਦਮੀ ਪਾਰਟੀ ਇਹ ਭਗਵੰਤ ਮਾਨ ਸਾਹਿਬ ਸਾਡੇ ਮੁੱਖ ਮੰਤਰੀ ਸਾਹਿਬ ਮੇਰੇ ਸਰ ਦਾ ਕਲੀਅਰ ਆਰਡਰ ਹੈ ਕਿ ਪੰਜਾਬ ਦੀਆਂ ਜੇਲ੍ਹਾਂ ਨੂੰ ਸੇਫ ਕਰਨਾ ਪੰਜਾਬ ਦੀਆਂ ਜੇਲ੍ਹਾਂ 'ਚੋਂ ਜਿਹੜਾ ਇਹ ਫੋਨ ਕਲਚਰ ਹੈ ਇਸ ਨੂੰ ਹਰ ਕੀਮਤ 'ਤੇ ਬੰਦ ਕਰਨਾ ਲੇਟੈਸਟ ਟੈਕਨੋਲੋਜੀ ਲੈ ਕੇ ਆਵਾਂਗੇ ਅਤੇ ਪੰਜਾਬ ਦੀਆਂ ਜੇਲ੍ਹਾਂ ਨੂੰ ਸੇਫ ਕਰਾਂਗੇ ਅਸੀਂ ਜਦੋਂ ਮੈਂ ਇੱਥੇ ਪਹੁੰਚਿਆ ਤਾਂ ਸਾਰੇ ਜਿਹੜੇ ਸਾਡੇ ਸੰਬੰਧਿਤ ਵਿਭਾਗ ਦੇ ਅਧਿਕਾਰੀ ਇਹਨਾਂ ਨੂੰ ਵੀ ਮਿਲਿਆ ਇਹਨਾਂ ਦੀ ਵੀ ਕੁਝ ਤਕਲੀਫਾਂ ਨੇ ਜੋ ਪਿਛਲੀ ਸਰਕਾਰ ਨੇ ਬਿਲਕੁਲ ਹੀ ਧਿਆਨ ਨਹੀਂ ਦਿੱਤਾ ਭਰਤੀਆਂ ਨਹੀਂ ਕੀਤੀਆਂ ਕੁਛ ਵੀ ਨਹੀਂ ਕੀਤਾ ਗਿਆ ਜਿਹਦੇ ਕਰਕੇ ਜੇਲ੍ਹਾਂ ਦਾ ਜਿਹੜਾ ਹੈ ਬਹੁਤ ਮਾੜਾ ਹਾਲ ਹੋ ਗਿਆ ਜੋ ਵੀ ਇਹਨਾਂ ਨੇ ਦੱਸੀਆਂ ਆਪਣੀਆਂ ਜੋ ਜੋ ਡਿਮਾਂਡਸ ਹੈ ਸਾਰੇ ਜੇਲ੍ਹ ਡਿਪਾਰਟਮੈਂਟ ਦੀਆਂ ਉਸ ਨੂੰ ਮੈਂ ਨੋਟ ਕੀਤਾ ਅਤੇ ਬਹੁਤ ਜਲਦ ਇਕੱਲੇ ਸੀ ਐਮ ਸਾਹਿਬ ਦਾ ਭਗਵੰਤ ਮਾਨ ਜੀ ਦਾ ਸਾਡੇ ਮੁੱਖ ਮੰਤਰੀ ਸਾਹਿਬ ਦਾ ਕਲੀਅਰ ਨਿਰਦੇਸ਼ ਹੈ ਕਿ ਜੇਲ੍ਹ ਡਿਪਾਰਟਮੈਂਟ ਨੂੰ ਜੋ ਜੋ ਚਾਹੀਦਾ ਉਹ ਮੁਹੱਈਆ ਕਰਾਇਆ ਜਾਊਗਾ ਪਰ ਪੰਜਾਬ ਦੀਆਂ ਜੇਲ੍ਹਾਂ ਨੂੰ ਸੁਰੱਖਿਅਤ ਅਤੇ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚੋਂ ਜਿਹੜਾ ਫੋਨ ਕਲਚਰ ਉਹ ਬੰਦ ਕਰਕੇ ਜਿਹੜਾ ਪੰਜਾਬ ਦੀਆਂ ਜੇਲ੍ਹਾਂ 'ਚੋਂ ਸਕੂਨ ਆਊਗਾ ਕੋਈ ਵੀ ਜੇਲ੍ਹ ਆਫੀਸ਼ੀਅਲ ਜਿਹੜਾ ਦੋਸ਼ੀ ਪਾਇਆ ਗਿਆ ਕਿਸੇ ਵੀ ਦੇ ਵੀ ਇੱਥੇ ਤੁਹਾਨੂੰ ਪਤਾ ਹੈ ਕਿ ਹੋਰ ਵੀ ਮੇਰੇ ਕੋਲ ਕਈ ਇੱਦਾਂ ਦੀਆਂ ਕੰਪਲੇਂਟਾਂ ਆਈਆਂ ਸੀ ਕਿ ਵੀ ਆਈ ਪੀ ਟ੍ਰੀਟਮੈਂਟ ਬਿਕਰਮ ਮਜੀਠੀਆ ਨੂੰ ਦਿੱਤਾ ਜਾ ਰਿਹਾ ਕਲੀਅਰ ਇੰਸਟਰਕਸ਼ਨ ਦਿੱਤੇ ਗਏ ਆ ਕਿਸੇ ਨਾਲ ਕੋਈ ਵੈਰ ਨਹੀਂ ਅਤੇ ਪਰ ਕਿਸੇ ਨਾਲ ਕੋਈ ਪਿਆਰ ਵੀ ਨਹੀਂ ਕਿਸੇ ਨੂੰ ਕੋਈ ਪੋਲੀਟੀਕਲ ਪੈਟਰਨੇਜ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਜੇ ਅਗਰ ਕੋਈ ਵੀ ਆਫੀਸਰ ਗਿਲਟੀ ਪਾਇਆ ਗਿਆ ਸੀ ਐਮ ਸਾਹਿਬ ਭਗਵੰਤ ਮਾਨ ਜੀ ਦੇ ਕਲੀਅਰ ਇੰਸਟਰਕਸ਼ਨਸ ਹੈ ਕੋਈ ਸੈਕਿੰਡ ਵਾਰਨਿੰਗ ਨਹੀਂ ਹੀ ਔਰ ਸ਼ੀ ਵਿਲ ਬੀ ਸਸਪੈਂਡਡ ਇੱਕ ਕੈਦੀ ਹੈ ਜਿਹੜਾ ਉਹ ਇੱਕ ਕੈਦੀ ਵਾਂਗੂ ਟ੍ਰੀਟਮੈਂਟ ਹੋਵੇ ਜੋ ਪ੍ਰਿਜ਼ਨਰ ਰੂਲਸ ਨੇ ਜੋ ਬਾਕੀ ਪੰਜਾਬ ਦੇ ਬਾਕੀ ਕੈਦੀਆਂ ਨੇ ਉਵੇਂ ਸਾਡੇ ਲਈ ਬਿਕਰਮ ਮਜੀਠੀਆ ਜੇ ਅਗਰ ਕਿਸੇ ਨਾਲ ਮਿਲਣਾ ਜਿਵੇਂ ਮਿਲਣੀ ਹੁੰਦੀ ਹੈ ਜੋ ਪ੍ਰੋਸੀਜਰ ਉਦਾਂ ਉਹ ਕਿਸੇ ਨੂੰ ਕੋਈ ਵੀ ਜੇਲ੍ਹ 'ਚ ਭਰਤੀ ਕਿਸ ਤਰ੍ਹਾਂ ਦੀ ਕਿਸ ਲੈਵਲ ਦੀ ਬਹੁਤ ਵੱਡੀ ਸਾਡੀ ਕੁਛ ਭਰਤੀ ਜੀ ਆਲਰੇਡੀ ਪੈਂਡਿੰਗ ਪਈ ਸੀ ਵਿੱਚ ਪਿਛਲੇ ਸਰਕਾਰ ਦੀ ਨਾਕਾਮਯਾਬੀਆਂ ਕਰਕੇ ਰੁਕ ਗਈ ਉਹਨੂੰ ਵੀ ਜਲਦੀ ਭਰਤੀ ਕਰਾਂਗੇ ਅਤੇ ਆਉਣ ਵਾਲੇ ਸਾਲ ਡੇਢ ਸਾਲ ਦੇ ਵਿੱਚ ਜਿੰਨਾ ਸਾਡਾ ਸਟਾਫ ਹੈ ਅਸੀਂ ਵੱਧ ਇਕਵਿਪਮੈਂਟ ਸਾਹਿਬ ਇਨਕਮ ਸੋਰਸ ਦੇ ਲਈ ਵੀ ਜਿਹੜਾ ਹੈਗਾ ਹੁਣ ਪੈਟਰੋਲ ਪੰਪ ਲਗਾਏ ਜਾ ਰਹੇ ਨੇ ਕੰਟੀਨਿਊ ਰਹਿਣਗੇ ਉਹਦੇ ਲਈ ਜਿਹੜਾ ਫੰਡ ਫੁੰਡ ਜਿਹੜਾ ਕੋਈ ਆ ਰਿਹਾ ਹੈਗਾ ਕੰਟੀਨਿਊ ਰਹਿਣਗੇ ਪਰ ਸਾਡੀ ਜਿਹੜੀ ਪ੍ਰਾਥਮਿਕਤਾ ਹੈ ਉਹ ਹੈ ਕਿ ਪਹਿਲਾਂ ਸਭ ਤੋਂ ਪਹਿਲਾਂ ਜੇਲ੍ਹਾਂ ਨੂੰ ਸੁਰੱਖਿਅਤ ਬਣਾਉਣਾ ਠੀਕ ਹੈ ਇਨਕਮ ਵੀ ਹੋਣੀ ਚਾਹੀਦੀ ਉਹ ਬਾਅਦ ਦੀਆਂ ਗੱਲਾਂ ਨੇ ਰਿਫੋਰਮਸ ਕਰਨੇ ਆ ਅਸੀਂ ਜੇਲ੍ਹਾਂ ਦੇ ਉੱਤੇ ਬਹੁਤ ਵੱਡੇ ਰਿਫੋਰਮਸ ਸਾਈਕੋਲੋਜਿਸਟ ਭਰਤੀ ਕਰਨੇ ਆ ਸਾਈਕੈਟ੍ਰਿਸਟ ਭਰਤੀ ਕਰਨੇ ਆ ਕਿਉਂਕਿ 40% ਡਰੱਗ ਅਡਿਕਟ ਹੈ ਜੀ ਉਹ ਆ ਤਾਂ ਜਾਂਦਾ ਨਸ਼ੇ ਉੱਤੇ ਪੁਲਿਸ ਲੈ ਜਾਂਦੀ ਪਰ ਉਸ ਤੋਂ ਬਾਅਦ ਸਾਡੇ ਜੇਲ੍ਹ ਵਾਲਿਆਂ ਦੀ ਬੇਚਾਰੀ ਦਿੱਕਤ ਹੈ ਉਹ ਡੀ ਐਡਿਕਸ਼ਨ ਸੈਂਟਰ ਖੋਲਣੇ ਨੇ ਪਰ ਉਹ ਸਾਰਾ ਕੁਝ ਅਜੇ ਦੂਜੀ ਪ੍ਰਾਇੋਰਟੀ ਪਹਿਲੀ ਪ੍ਰਾਇੋਰਟੀ ਹੈ ਜੀ ਪੰਜਾਬ ਨੂੰ ਹੀ ਸੁਰੱਖਿਆ ਪੰਜਾਬ ਦੇ ਆਮ ਨਾਗਰਿਕਾਂ ਦੀ ਸੁਰੱਖਿਆ ਅਤੇ ਜਿਵੇਂ ਆਪਾਂ ਕਿੰਨੀ ਸ਼ਰਮਸਾਰ ਵਾਲੀ ਗੱਲ ਹੈ ਕਿ ਗਾਣਿਆਂ ਦੇ ਵਿੱਚ ਇੱਦਾਂ ਦੇ ਆਏ ਤਾਂ ਸਰਕਾਰਾਂ ਐਕਟ ਵੀ ਨਹੀਂ ਕਰ ਸਕੀਆਂ ਕਿ ਜੇਲ੍ਹਾਂ 'ਚੋਂ ਫੋਨ ਆਉਣਗੇ ਉਹ ਬੰਦ ਹੋਊਗਾ ਜਿਹਨਾਂ 'ਚੋਂ ਸਕੂਨ ਆਊ ਤੁਸੀਂ ਸਮਾਂ ਦਿਓ ਵਿਸ਼ਵਾਸ ਰੱਖੋ ਅਸੀਂ ਵਾਕਿਆ ਦਿਨ ਰਾਤ ਮਿਹਨਤ ਕਰ ਰਹੇ ਹਾਂ ਸਾਡੇ ਸਾਰੇ ਆਫੀਸਰਸ ਵੀ ਚੰਗੇ ਦਿਨ ਰਾਤ ਮਿਹਨਤ ਕਰ ਰਹੇ ਯੰਗ ਆਫੀਸਰ ਪਾਏ ਆ ਇਹਨਾਂ ਦੀਆਂ ਵੀ ਤਕਲੀਫਾਂ ਪਿਛਲੀ ਸਰਕਾਰ ਨੂੰ ਦੱਸਦੇ ਰਹੇ ਪਰ ਸਰਕਾਰਾਂ ਨੇ ਐਕਟ ਹੀ ਨਹੀਂ ਕੀਤਾ ਨਾ ਟੈਕਨੋਲੋਜੀ 'ਤੇ ਐਕਟ ਕੀਤਾ ਨਾ ਭਰਤੀ 'ਤੇ ਐਕਟ ਕੀਤਾ ਆਪਣੇ ਉਹ ਲੁੱਟਣ ਦੇ ਵਿੱਚ ਹੀ ਬਿਜ਼ੀ ਰਹੇ ਸਾਡਾ ਕਿਸੇ ਨਾਲ ਕੋਈ ਦੋਸਤੀ ਨਹੀਂ ਕਿਸੇ ਨਾਲ ਕੋਈ ਵੈਰ ਨਹੀਂ ਜੋ ਸੈੱਟ ਪ੍ਰੋਸੀਜਰ ਹੈ ਅਤੇ ਜੋ ਆਪਣੇ ਸੂਬੇ ਲਈ ਜੋ ਆਪਣੀ ਧਰਤੀ ਲਈ ਕਰਨਾ ਪਿਆ ਉਹ ਕਰਾਂਗੇ